ਕਾਂਗਰਸੀ ਆਗੂ ਲक्की ਸੰਧੂ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਦੱਸਦੇ ਕਿ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਵੱਲੋਂ ਪੁਲਿਸ ਮੁਲਾਜ਼ਮਾ ਖਿਲਾਫ ਕਾਰਵਾਈ ਕੀਤੀ ਗਈ ਹੈ ਦੋ ਪੁਲਿਸ ਮੁਲਾਜ਼ਮਾ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਦੱਸਦੇ ਕਿ ਪੀਜੀਆਈ ਜਾਣ ਦੇ ਬਹਾਨੇ ਵਿਆਹ ਦੇ ਵਿੱਚ ਲੈ ਗਈ ਸੀ ਪੁਲਿਸ ਮੁਲਾਜ਼ਮ ਲੁਧਿਆਣਾ ਜੇਲ੍ਹ ਚ ਬੰਦ ਕਾਂਗਰਸੀ ਆਗੂ ਲक्की ਸੰਧੂ ਪੀਜੀਆਈ ਤੇ ਇਲਾਜ ਦੇ ਬਹਾਨੇ ਵਿਆਹ ਚ ਪਹੁੰਚ ਗਿਆ ਤੇ ਵਿਆਹ ਦੇ ਵਿੱਚ ਨੱਚਦੇ ਦੀ ਵੀਡੀਓ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ ਹੋ ਗਈ ਜਿਸ ਤੋਂ ਬਾਅਦ ਸਵਾਲ ਉੱਠੇ ਤੇ ਹੁਣ ਲੁਧਿਆਣਾ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਡਿਊਟੀ ਵਿੱਚ ਕਤਾਹੀ ਵਰਤਨ ਤੇ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਸਰਬੋਤਮ ਸਿੰਘ ਉਰਫ ਲੱਕੀ ਸੰਧੂ ਜੋ ਕਾਂਗਰਸੀ ਆਗੂ ਆਗੂ ਹੈ ਉਹ ਇੱਕ ਵਿਆਹ ਦੇ ਵਿੱਚ ਪਹੁੰਚਿਆ ਸੀ ਤੇ ਜਿਹੜੇ ਪੁਲਿਸ ਮੁਲਾਜ਼ਮ ਉਸ ਨੂੰ ਵਿਆਹ ਦੇ ਵਿੱਚ ਲੈ ਕੇ ਗਏ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਚੰਡੀਗੜ੍ਹ ਚੈੱਕ ਕਰਾਉਣ ਲਈ ਇਲਾਜ ਲਈ ਲੈ ਕੇ ਗਏ ਸੀ ਪੀਜੀਆਈ ਥਾਣੇਦਾਰ ਮੰਗਲ ਸਿੰਘ ਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਤੇ ਦੋਵੇਂ ਜਿਹੜੇ ਨੇ ਉਸ ਨੂੰ ਵਿਆਹ ਦੇ ਵਿੱਚ ਲੈ ਗਏ ਅਨੁਸ਼ਾਸਨ ਦੀ ਪਾਲਣਾ ਨਹੀਂ ਕੀਤੀ ਡਿਊਟੀ ਚੁਕਤਾਹੀ ਕੀਤੀ ਜਿਸ ਕਰਕੇ ਉਹਨਾਂ ਨੂੰ ਜਿੱਥੇ ਮੁਅਤਲ ਕਰ ਦਿੱਤਾ ਗਿਆ ਨਾਲ ਹੀ ਉਹਨਾਂ ਖਿਲਾਫ ਵਿਭਾਗੀ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ ਦੱਸਦੀ ਹੈ ਕਿ ਸਰਵੋਤਮ ਸਿੰਘ ਉਰਫ ਲੱਕੀ ਸੰਧੂ ਜੋ ਕਾਂਗਰਸ ਦਾ ਯੂਥ ਦਾ ਪ੍ਰਧਾਨ ਸੀ ਉਹ ਪੀਜੀਆਈ ਦੇ ਵਿੱਚ ਇਲਾਜ ਲਈ ਉਸ ਨੂੰ ਰੈਫਰ ਕੀਤਾ ਗਿਆ ਸੀ ਜੇਲ੍ਹ ਦੇ ਮੈਡੀਕਲ ਅਫਸਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਕਿਉਂਕਿ ਬੈਕਬੋਨ ਦੇ ਵਿੱਚ ਤਕਲੀਫ ਦੱਸੀ ਸੀ ਪਿੱਠ ਦੇ ਵਿੱਚ ਤਕਲੀਫ ਦੱਸੀ ਗਈ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਰੈਫਰ ਕੀਤਾ ਗਿਆ ਤੇ ਚੰਡੀਗੜ੍ਹ ਪੀਜੀਆਈ ਇਲਾਜ ਦੇ ਬਹਾਨੇ ਇਹ ਪੁਲਿਸ ਮੁਲਾਜ਼ਮਾ ਦੀ ਮਿਲੀ ਭੁਗਤ ਦੇ ਨਾਲ ਇੱਕ ਵਿਆਹ ਦੇ ਵਿੱਚ ਪਹੁੰਚ ਗਿਆ 8 ਦਸੰਬਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਨੂੰ ਵਿਆਹ ਦੇ ਵਿੱਚ ਲੈ ਕੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਵਿਭਾਗੀ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ ਤਾਂ ਦੋ ਪੁਲਿਸ ਮੁਲਾਜ਼ਮ ਜਿਨ੍ਹਾਂ ਤੇ ਗਾਜ ਡਿੱਗੀ ਹੈ ਇੱਕ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਹੈ ਤੇ ਥਾਣੇਦਾਰ ਮੰਗਲ ਸਿੰਘ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕਈ ਸੰਗੀਨ ਧਾਰਾਵਾਂ ਤਹਿਤ ਲੱਕੀ ਸੰਧੂ ਸਰਵੋਤਮ ਸਿੰਘ ਉਰਫ ਲੱਕੀ ਸੰਧੂ ਖਿਲਾਫ ਮਾਮਲੇ ਦਰਜ ਨੇ ਲੁਧਿਆਣਾ ਜੇਲ੍ਹ ਦੇ ਵਿੱਚ ਹੈ ਹਵਾਲਾਤੀ ਹੈ ਤੇ ਉਹ ਇਲਾਜ ਦਾ ਬਹਾਨਾ ਲਾ ਕੇ ਚੰਡੀਗੜ੍ਹ ਪੀਜੀਆ ਆਇਆ ਸੀ ਤੇ ਪੀਜੀਆ ਜਾਣ ਦੇ ਬਹਾਨੇ ਇਲਾਜ ਦੇ ਬਹਾਨੇ ਉਹ ਉਹ ਵਿਆਹ ਦੇ ਵਿੱਚ ਪਹੁੰਚ ਗਿਆ ਵਿਆਹ ਦੇ ਵਿੱਚ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ ਹੋਈ ਅੰਗਰੇਜ਼ ਅਲੀ ਗਾਰਿਆ ਸੀ ਤੇ ਲੱਕੀ ਸੰਧੂ ਭੰਗੜਾ ਪਾਉਂਦਾ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਸਵਾਲ ਉੱਠੇ ਤੇ ਹੁਣ ਲੁਧਿਆਣਾ ਪੁਲਿਸ ਦੇ ਵੱਲੋਂ ਜਿਹੜੇ ਪੁਲਿਸ ਮੁਲਾਜ਼ਮ ਉਸ ਨੂੰ ਵਿਆਹ ਦੇ ਵਿੱਚ ਲੈ ਕੇ ਗਏ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉਹਨਾਂ ਖਿਲਾਫ ਵਿਭਾਗੀ ਕਾਰਵਾਈ ਵੀ ਆਰੰਭ ਕੀਤੀ ਗਈ ਹੈ